ਸਰ ਮੈਂ ਇੱਕ ਹੋਰ ਦੇਵਾਂ, ਇੱਕ ਹੋਰ ਦੇ ਦੇਣਾ, ਇਹਨੇ ਜੀਭ ਤੇ ਲਾ ਦੋ। ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਤੜਕਾ ਲਾਉਂਦਾ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ। 726 ਮਰਵਾ ਤੇ, ਕਦੇ ਸ਼ਰਧਾਂਜਲੀ ਦਵਾਈ, ਕਦੇ ਸ਼ਰਧਾਂਜਲੀ ਦਵਾਈ 726 ਨੂੰ। ਹੁਣ ਇਹਨਾਂ ਨੂੰ ਪਿਆਰ ਆ ਗਿਆ, ਬੈਠੋ ਜੀ, ਇਹ ਬਚਣਗੇ, ਇਹ ਬਚਣਗੇ, ਹੁਣ ਬਚਣਗੇ। ਸਪੀਕਰ ਸਾਹਿਬ ਇੱਧਰ ਵੀ ਲਾਓ, ਇੱਧਰ ਵੀ ਲਾਓ, ਮੈਂ ਕਹਿੰਦਾ ਇੱਧਰ ਵੀ ਲਾਓ, ਸਾਡਾ ਵੀ ਨਹੀਂ ਕੋਈ ਜਾਂਦਾ। ਸਰ ਮੈਂ ਇੱਕ ਹੋਰ ਦੇਵਾਂ, ਇੱਕ ਹੋਰ ਦੇ ਦੇਣਾ, ਇਹਨੇ ਜੀਭ ਤੇ ਲਾ ਦੋ। ਬੋਲਣੀ ਦਿੰਦੇ ਕਿਸੇ ਨੂੰ, ਬੋਲਣੀ ਨਹੀਂ ਦਿੰਦੇ ਕਿਸੇ ਨੂੰ। ਮੇਰੀ ਵਾਰੀ ਹੈ, ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ, ਜਦੋਂ ਤੁਹਾਡੀ ਵਾਰੀ ਆਈ ਤਾਂ ਬੋਲ ਪਿਓ। ਹਾਂ ਤਰੀਕਾ ਸਾਹਿਬ, ਤੁਸੀਂ ਇੱਥੇ ਠੀਕ ਆਉਣਾ, ਤੁਸੀਂ ਇੱਥੇ ਠੀਕ ਆਉਣਾ ਸਾਹਿਬ। ਮੁੱਖ ਮੰਤਰੀ ਸਾਹਿਬ ਨੂੰ ਬੋਲੋ, ਉਹ ਕਸਟੋਡੀਅਨ ਆਫ ਦਾ ਹਾਊਸ ਨੇ। ਚਲੋ ਫਿਰ, ਤੁਸੀਂ ਬੈਠੋ ਜੀ, ਸਪੀਕਰ ਸਾਹਿਬ ਤੁਸੀਂ ਬੈਠੋ, ਸਾਡੀ ਗੱਲ ਆ ਗਈ ਹੈ। ਇਹ ਆਪਦੀ ਗੱਲ ਕਹਿ ਕੇ ਭੱਜ। ਮੁੱਖ ਮੰਤਰੀ ਸਾਹਿਬ ਬੋਲੋ, ਬੋਲੋ ਜੀ। ਤੇ ਉਹੀ ਗੋਲੀਆਂ ਤਾਂ ਡੇਢ ਸਾਲ ਉਦੋਂ ਵੀ ਚੱਲੀਆਂ ਜਦੋਂ ਕੈਪਟਨ ਦੀ ਸਰਕਾਰ ਸੀ, ਡੇਢ ਸਾਲ ਉਦੋਂ ਵੀ ਚੱਲੀਆਂ ਸੀ, ਤੇ ਉਦੋਂ ਤੁਸੀਂ ਕਿੰਨੀਆਂ ਚਿੱਠੀਆਂ ਲਿਖੀਆਂ ਸੀ। ਤੜਕਾ ਲਾਉਂਦਾ ਸੀ ਕੈਪਟਨ ਦੇ ਘਰੇ ਜਾ ਕੇ ਮੀਟ ਨੂੰ ਤੜਕਾ ਲਾਉਂਦਾ ਸੀ ਤੇ ਕਦੇ ਕਿਸਾਨਾਂ ਬਾਰੇ ਗੱਲ ਕੀਤੀ। ਕਦੇ ਉਦੋਂ ਡੇਢ ਸਾਲ 726 ਮਰਵਾ ਤੇ, ਕਦੇ ਸ਼ਰਧਾਂਜਲੀ ਦਵਾਈ, ਕਦੇ ਸ਼ਰਧਾਂਜਲੀ ਦਵਾਈ 726 ਨੂੰ। ਹੁਣ ਇਹਨਾਂ ਨੂੰ ਪਿਆਰ ਆ ਗਿਆ, ਹੁਣ ਸੀਐਮ ਸਾਹਿਬ ਚੇਅਰ ਨੂੰ ਐਡਰੈਸ ਕਰਨਗੇ। ਚੇਅਰ ਨੂੰ ਬੈਠੋ ਜੀ, ਬਾਜਵਾ ਸਾਹਿਬ ਬੈਠੋ, ਬੈਠੋ, ਚਲੋ ਚਲੋ, ਜਿੰਦਾਬਾਦ ਸਰ। ਮਾਰਸ਼ਲ ਇਹ ਭੱਜਣਗੇ, ਇਹ ਭੱਜਣਗੇ, ਹੁਣ ਭੱਜਣਗੇ, ਇਹ ਭੱਜਣਗੇ ਹੁਣ। ਤੁਸੀਂ ਭੱਜੋ, ਬੈਠੋ ਬੈਠੋ ਬੈਠੋ, ਬੈਠਾ ਜੀ ਬੈਠੋ 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 ਜੀ। ਸੀਐਮ ਸਾਹਿਬ ਕੰਟੀਨਿਊ ਕਰੋ ਜੀ। ਉਹ ਪਤਾ ਲੱਗ ਜੂਗਾ, ਪਤਾ ਲੱਗ ਜੂ। ਉਹ ਸੋਨੇ ਦੇ ਬਿਸਕਟਾਂ ਲਿਓ, ਸੋਨੇ ਦੇ ਬਿਸਕਟਾਂ ਲਿਓ। ਚਲੋ ਗੱਲ ਕਰਦੇ ਆ, ਬੈਠੋ। ਹਾਂਜੀ, ਤੁਸੀਂ ਭੱਜ ਜਾਂਦੇ ਹੋ, ਤੁਸੀਂ ਭੱਜ ਜਾਂਦੇ ਹੋ, ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਦੇਣ ਦਿੱਤਾ, ਤੁਸੀਂ ਭੱਜ ਜਾਂਦੇ ਹੋ, ਤੁਸੀਂ ਆਪ ਬੋਲ ਕੇ ਭੱਜ ਜਾਂਦੇ ਹੋ। ਹਲੋ, ਇੱਧਰ ਵੀ ਲਓ, ਇੱਧਰ ਵੀ ਲਓ। ਹਾਂਜੀ, ਸਪੀਕਰ ਸਾਹਿਬ ਇੱਧਰ ਵੀ ਲਓ, ਇੱਧਰ ਵੀ ਲਾਓ, ਮੈਂ ਕਹਿੰਦਾ ਇੱਧਰ ਵੀ ਲਾਓ, ਸਾਡਾ ਵੀ ਨਹੀਂ ਕੋਈ ਜਾਂਦਾ। ਬਹਿ ਕੇ ਸੁਣੋ, ਬਹਿ ਕੇ ਸੁਣੋ, ਅਬਲ ਖੁਰਾਣੇ ਦੀਆਂ ਫਾਈਲਾਂ ਪਈਆਂ ਮੇਰੇ ਕੋਲੇ, ਜੋ ਵੀ ਕੁਛ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ। ਹਾਂਜੀ ਜੀ, ਕਿਉਂਕਿ ਤੁਸੀਂ ਭੱਜਦੇ ਹੋ, ਤੁਹਾਨੂੰ ਲੋਕਾਂ ਨੇ ਭੱਜਣ ਵਾਲੇ
ਤੁਹਾਨੂੰ ਲੋਕਾਂ ਨੇ ਭੱਜਣ ਵਾਸਤੇ ਨਹੀਂ ਭੇਜਿਆ। ਹਾਂਜੀ ਬੈਠੋ, ਫਿਰ ਬੈਠੋ 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 ਮਹਾਯੋਗ ਮੁੱਖ ਮੰਤਰੀ ਸਾਹਿਬ, ਮੈਂ ਸਾਰੇ ਮਹਾਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਇੱਕ ਵਾਰ ਆਪਣੀ ਸੀਟਾਂ ਤੇ ਬੈਠਣ। ਜੀ ਬੈਠੋ ਜੀ ਬੈਠੋ 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 ਜੀ ਬੈਠੋ, ਤੁਸੀਂ ਸਾਰੇ ਮਹਾਯੋਗ ਮੈਂਬਰ ਬੈਠੋ। ਲਾਹੌਰ ਸਾਹਿਬ ਲੁੱਟ ਦੀ ਗੱਲ ਤੁਸੀਂ ਕਰ ਰਹੇ ਹੋ। ਸੀਐਮ ਸੀਐਮ ਸਾਹਿਬ ਨਹੀਂ 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 ਨਹੀਂ, ਅਬਦੁਲ ਖੁਰਾਣੇ ਤੋਂ ਲੈ ਕੇ ਸਾਰੇ ਸਾਥੀ ਸਾਰੇ ਮਾਨਯੋਗ ਗੱਲਾਂ ਤੁਸੀਂ ਕਰਦੇ ਹੋ ਨਾ, ਲੁੱਟ ਤੁਹਾਡੇ ਮੂੰਹੋਂ ਲੁੱਟ ਊ ਚੰਗੀ ਲੱਗਦੀ ਹੈ। ਪਰ ਮੁੱਖ ਮੰਤਰੀ ਸਾਹਿਬ ਮੈਂ ਕਰੂੰਗਾ ਜੀ, ਪਰ ਬੈਠੋ ਤਾਂ ਸਹੀ, ਪਹਿਲਾਂ ਸੁਣੋ। ਮੁੱਖ ਮੰਤਰੀ ਸਾਹਿਬ ਬੋਲ ਰਹੇ ਜੀ, ਸੁਣ ਮੁੱਖ ਮੰਤਰੀ ਸਾਹਿਬ ਕੇਅਰ ਨੋਟਿਸ ਕਰੋ ਜੀ, ਮੁੱਖ ਮੰਤਰੀ ਸਾਹਿਬ ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ। ਉਹ ਜਿੰਦਰਾ ਤਾਂ ਲੱਗੂਗਾ ਜੇ ਤੁਸੀਂ ਭੱਜੇ, ਜੇ ਤੁਸੀਂ ਨਹੀਂ ਭੱਜਦੇ ਜਿੰਦਰਾ ਨਹੀਂ ਲੱਗੂਗਾ। ਬੈਠੋ 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 ਸੀਐਮ ਸਾਹਿਬ, ਸੀਐਮ ਸਾਹਿਬ ਸਪੀਕਰ ਸਾਹਿਬ ਬਿਠਾ। ਮੈਂ ਸਾਰੇ ਮਹਾਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਸੀਟਾਂ ਤੇ ਬਿਰਾਜਮਾਨ ਹੋਣ, ਆਪਣੀ ਆਪਣੀ ਸੀਟਾਂ ਤੇ ਬਿਰਾਜਮਾਨ ਹੋ। ਸੀਟਾਂ ਸੀਟਾਂ ਤੇ ਬੈਠੋ ਜੀ, ਤੁਸੀਂ ਸੀਟਾਂ ਤੇ ਬੈਠੋ ਜੀ, ਤੁਸੀਂ ਬੈਠੋਗੇ ਬਾਜਵਾ ਸਾਹਿਬ, ਪਲੀਜ਼ ਬੈਠੋ। ਕੀ ਗੱਲ, ਸਪੀਕਰ ਸਾਹਿਬ ਨੇ ਹੋ, ਸਪੀਕਰ ਸਾਹਿਬ ਨੇ ਜਿਹਨੂੰ ਮਰਜ਼ੀ ਕਹਿ ਦੇਣ, ਕਸਟੋਡੀਅਨ ਨੇ ਉਹ ਬਾਜਵਾ ਸਾਹਿਬ ਦੀ ਗੱਲ ਮੰਨਦੇ ਨੀ ਨਾ। ਪਹਿਲੇ ਮਹਾਯੋਗ ਮੁੱਖ ਮੰਤਰੀ ਸਾਹਿਬ ਲੀਡਰ ਆਫ ਦੀ ਹਾਊਸ ਨੇ ਬੋਲ ਸਕਦੇ ਨੇ, ਲੈਟ ਹਿਮ ਕੰਪਲੀਟ। ਮੁੱਖ ਮੰਤਰੀ ਸਾਹਿਬ ਨੂੰ ਆਪਣੀ ਗੱਲ ਪੂਰੀ ਰੱਖਣ ਦਿਓ। ਲੋਕ ਸਭਾ ਚ ਰਹੋ, ਤੁਹਾਨੂੰ ਪਤਾ ਕਿ ਰਾਜਪਾਲ ਦਾ ਭਾਸ਼ਣ ਡਿਸਟਰਬ ਨਹੀਂ ਕਰੀਦਾ ਹੁੰਦਾ, ਰਾਸ਼ਟਰਪਤੀ ਦਾ ਭਾਸ਼ਣ ਡਿਸਟਰਬ ਨਹੀਂ ਕਰੀਦਾ ਹੁੰਦਾ। ਅੱਜ ਪੜੂੰਗਾ, ਇਹਨੂੰ ਪੜੂੰਗਾ, ਚਲੋ ਐ ਕਰੋ, ਇਹੀ ਇਹੀ ਡਿਬੇਟ ਕਰਨੀ ਹੈ। ਬੈਠੋ ਬੈਠੋ, ਜਿੱਥੇ ਝੂਠ ਹੋਇਆ ਟੋਕ ਦਿਓ, ਜਿੱਥੇ ਝੂਠ ਹੋਇਆ ਟੋਕ ਦਿਓ। ਹਾਂ ਠੇਕਾ ਲੈ ਰੱਖਿਆ ਤੁਸੀਂ ਭਾਰਤ ਦੀ ਰਾਜਨੀਤੀ ਦਾ। ਹਾਂ ਸਮਗਲਰਾਂ ਕੀਤੀਆਂ ਹੋਈਆਂ, ਕਹਿੰਦੇ ਅਸੀਂ ਕਿਹਾ ਜਿਹਾ ਮਟੀਰੀਅਲ ਆ ਗਿਆ, ਚੁੱਪ ਕਰ ਜਾਓ। ਹਾਂ ਮੁੱਖ ਮੰਤਰੀ ਸਾਹਿਬ, ਹਾਂ ਬੰਦੇ ਪੁੱਤਰਾਂ ਨੇ ਤੁਸੀਂ ਗੱਲ ਕਰੋ। ਹਾਂ ਮਾਇੰਡ ਯੋਰ ਲੈਂਗੁਏਜ, ਮਾਇੰਡ ਯੋਰ ਲੈਂਗੁਏਜ, ਬਿਰਾਜਮਾਨ ਹੋਣ ਬੰਦਿਆਂ ਦਾ ਨਾਮ ਵੀ ਲੈ ਦਾਂਗੇ, ਬੰਦਿਆਂ ਦਾ ਨਾਮ ਵੀ ਲੈ ਦਾਂਗੇ, ਮੈਂ ਦੱਸੂਗਾ ਸਾਰਾ ਕੁਝ। ਮੈਂ ਕਰ ਰਿਹਾ ਯਾਰ, ਬੈਠੋ ਬੈਠੋ, ਜਾਣਾ ਨੀ ਹੁਣ, ਜਾਣਾ ਨੀ ਹੁਣ, ਜਾਣਾ ਨੀ, ਬੈਠੋ ਬੈਠੋ ਬੈਠੋ, ਫਿਰ ਬੈਠੋ। ਸਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾਂਗੇ ਬੈਠਣਗੇ, ਸਾਰੇ ਮੈਂਬਰ ਸਭਾ ਆਪਣੀ ਆਪਣੀ ਸੀਟਾਂ ਤੇ ਬੈਠਣਗੇ, ਸਾਰੇ ਮੈਂਬਰ ਸਭਾ ਆਪਣੀ ਆਪਣੀ ਸੀਟਾਂ ਤੇ ਬੈਠਣਗੇ, ਸਾਰੇ ਮੈਂਬਰ ਸਭਾ ਆਪਣੀ ਆਪਣੀ ਸੀਟਾਂ ਤੇ ਬੈਠਣਗੇ। ਤੁਸੀਂ ਬੈਠੋ, ਸਾਰੇ ਮੈਂਬਰ ਸਭਾ ਬੈਠਣ, ਸਾਰੇ ਮੈਂਬਰ ਸਭਾ, ਸਾਰੇ ਮੈਂਬਰ ਸਭਾ ਬੈਠਣ, ਸਾਰੇ ਮੈਂਬਰ ਸਭਾ ਬੈਠਣ, ਬੈਠੋ ਬੈਠੋ। ਪਹਿਲਾਂ ਮੈਨੂੰ ਦੱਸੋ ਜੋ ਤੁਸੀਂ ਬਿਗਨਿੰਗ ਕਰਾਈ ਹੈ।
ਚੰਗੀ ਡੈਮੋਕਰੇਸੀ ਚੱਲ ਸਕਦੀ ਹੈ। ਤੁਸੀਂ ਬੈਠੋਗੇ, ਮੈਂ ਗੱਲ ਦੱਸਾਂ, ਮੇਰੀ ਗੱਲ ਸੁਣੋ। ਤੁਸੀਂ ਗਵਰਨਰ ਦਾ ਭਾਸ਼ਣ ਨਹੀਂ ਸੁਣਿਆ, ਡੈਮੋਕਰੇਸੀ ਆ ਹੁਣ ਸਪੀਕਰ ਦੀ ਗੱਲ, ਇਹ ਕਾਹਦੀ ਡੈਮੋਕਰੇਸੀ ਆ? ਤੁਸੀਂ ਰਾਸ਼ਟਰਪਤੀ ਦਾ ਤੇ ਗਵਰਨਰ ਦਾ ਭਾਸ਼ਣ ਡਿਸਟਰਬ ਨਹੀਂ ਕਰ ਸਕਦੇ। ਚੱਕ ਆ ਗਿਆ, ਤੁਹਾਨੂੰ ਕਿਸਾਨਾਂ ਦਾ ਹੇਜ ਆ ਗਿਆ, ਤੁਹਾਨੂੰ ਕਿਸਾਨਾਂ ਦਾ ਹੇਜ ਆ ਗਿਆ, ਉਹਦੇ ਕਿਸਾਨਾਂ ਦਾ ਹੇਜ ਆ ਗਿਆ। ਸਪੀਕਰ ਸਾਹਿਬ, ਇਹਨਾਂ ਦੀ ਮੰਗ ਕੀ ਸੀ ਕਿ ਪਹਿਲਾਂ ਕਿਸਾਨਾਂ ਨੂੰ ਸ਼ੁਭ ਕਰਨ ਨੂੰ, ਪਹਿਲਾਂ ਕਿਸਾਨਾਂ ਨੂੰ ਸ਼ਰਧਾਂਜਲੀ ਦਿਓ। ਸਪੀਕਰ ਸਾਹਿਬ ਨੂੰ ਐਡਰੈਸ ਕਰੋ ਜੀ, ਬੈਠੋ ਜੀ, ਬੈਠੋ ਬੈਠੋ ਬੈਠੋ, ਚੀਮਾ ਸਾਹਿਬ ਬੈਠੋ, ਚੀਮਾ ਸਾਹਿਬ ਬੈਠੋ, ਸੀਐਮ ਸਾਹਿਬ, ਸੀਐਮ ਸਾਹਿਬ।